ਏ ਆਕਾਸ਼ਵਾਨੀ ਜੰਮੂ ਹੈ ਪਰਲੇ ਖਬਰਾਂ ਚ ਤੁਹਾਂ ਦਾ ਸਵਾਗਤ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਪੂਨਮ ਡੋਗਰਾ 43 ਦਿਨ ਤੱਕਰ ਚੱਲਣ ਵਾਲੀ ਸ਼੍ਰੀ ਅਮਨਾਤ ਜੀ ਦੀ ਯਾਤਰਾ ਸ਼ੁਰੂ ਹੋਈ ਗਈ ਹੈ ਉਪਰਅਧਿਪਾਲੋ ਰਮਾ ਬਾਪਾ ਪਰਵਾਨੀ ਦੀ ਪੂਜਾ ਅਰਚਨਾ ਕੀਤੀ ਤੇ ਸਭ ਨੇ ਦੀ ਖੁਸ਼ਹਾਲੀ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਮੁੱਖ ਸਚਿਵ ਡਾਕਟਰ ਅਰुण कुमार ਮਾਤਰੇ 1500 ਅਮਰਤ ਸਰੋਵਰ ਦਾ ਸਮੇਂ ਸਰ ਪੂਰਾ ਕਰਨੇ ਪਰ ਜ਼ੋਰ ਪਾਇਆ ਮੁਕਾਮੀ ਲੋਕਾਂ ਕੇ ਪੰਚਾਇਤੀ ਰਾਜ ਇਦਾਰੇਂ ਕੀ ਕਮੇ ਜਸ਼ਾਮਲ ਕਰਨੇ ਲਈ ਗਲਾਇਆ ਹੁਨਰ ਵਿਕਾਸ ਮੈਕਮੇ ਦੇ ਪ੍ਰਧਾਨ ਸਚਿਵ ਅਸਗਰ हसन ਸਾਮੂਦੋਰੇ ਹੁਨਰ ਵਿਕਾਸ ਮੈਕਮੇ ਤੇ ਆਈਆਈਐਮ ਜੰਮੂ ਬਿਸ਼ਕਾਰ ਜੰਮੂ ਕਸ਼ਮੀਰ ਦੇ ਹੁਨਰ ادارے ਦੇ ਵਿਕਾਸ ਲਈ ਓਏ ਦੇ ਸਾਥ ਸਹਿਯੋਗ ਦੀ ਪ੍ਰਕਿਰਤੀ ਦਾ ਜਾਇਜ਼ਾ ਲਾਤਾ ਤੇ ਸੰਸਦ ਦਾ ਮਾਨਸੂਨ ਸત્ર 17 18 ਜੁਲਾਈ ਤੋਂ ਸ਼ੁਰੂਆਤ ਦਾ ਖਬਰ ਦੀ ਤਫਸੀਲ ਕਰਨੇ ਸ਼੍ਰੋਤੀ ਖਜੂਰੀਆ श्री अमरनाथ जी की यात्रा के कल पहले दिन उपराज्यपाल मनोज सिन्हा होबा बर्फानी पूजा अर्चना की सारे की खुशहाली प्रगति शांति की कामना की उपराज्यपाल आख्या उ पूरा भरोसा है श्री अमरनाथ जी की यात्रा पर आने आने दी की यात्रा सुरक्षित यादगार र ਸ਼ਦਾਲੂਂਦੀ ਬੜੀ ਮਤੀ ਆਮਦੋਂ ਨੇ ਤੇ ਮੱਧ ਨਜ਼ਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਦਸ਼ੇਮਨਾ ਸ਼੍ਰਾਈਨ ਬੋਰਡ ਨੇ ਲੋਟ ਦੇ ਇੰਤਜ਼ਾਮ ਕੀਤੇ ਦਿਨ ਸ਼ਦਾਲੂ ਪਵਿੱਤਰ ਗੁਫਾ ਜਬਨੇ ਦੇ ਬਰਫੂਦੇ ਸ਼ਿਵਲਿੰਗ ਦੇ ਆਨਲਾਈਨ ਵੀ ਦਰਸ਼ਨ ਕਰੀ ਸਕਦਨ ਬਟਲੇਤਾ ਸੰਯਾ ਅਲੀ ਆਰਤੀ ਦਾ ਲਾਈਵ ਪ੍ਰਸਾਰਣ ਕੀਤਾ ਜਾ ਕਰਦਾ ਹੈ ਸ਼ਦਾਲੂ ਸ਼੍ਰਾਈਨ ਬੋਰਡ ਦੀ ਵੈਬਸਾਈਟ www.shrimanajgshrine.com/arti live या फिर श्राइन बोर्ड की एंड्राइड आधारित ऐप पर भी इस का लाइव प्रसारण आरतीसारण उपराज्यपाल अलावा श्री अमरनाथ जी श्राइन बोर्ड मुख्य कार्यकारी अधिकारी पंद्रह कोर ओ सी भी पूजा अर्चना लिया इस मौके पर बोलते उपराज्यपाल बाबा अमरनाथ के श्रद्धालु करता हूं कि आप सब लोगों के यात्रा अच्छे ढंग से होगी मुझे लगता है कि है, कि केवल इसका महत्व धार्मिक और सांस्कृतिक नहीं बल्कि अमरनाथ जी की यात्रा लाई से मंत्रालय ने भी नेकन किये यात्रा कल शुरू हुई ग्यारह अगस्त की संपन्न हो जाएगी यात्रा श्रद्धालु मेडिकल सेवा ते ते नीम डॉक्टरी अमले की लाया गया ਰਾਜ ਸਰਕਾਰ ਨੇ ਖਾਸ ਕਰੀ ਜਥੇ ਮਤਾਸ਼ਦਲ ਲਵੰਦਨ ਇਹ ਵੀ ਲੋਟ ਦੇ ਇੰਤਜ਼ਾਮ ਲਈ ਸੂਚਿਤ ਕੀਤਾ ਗਿਆ ਖਾਸ ਕਰੀ ਡਾਕਟਰ ਤੇ ਨੀਮ ਡਾਕਟਰ ਐਮਲੇ ਬਾਰੇ ਕੇਂਦਰ ਸਰਕਾਰੀ ਹਸਪਤਾਲ ਤੇ ਕੇਂਦਰ ਸਰਕਾਰੀ ਸਿਹਤ ਸਕੀਮੇ ਤਹਿਤ ਮੈਡੀਕਲ ਤੇ ਮਾਹਰਾਂ ਦੀ ਇਤਨਾਦ ਕੀਤਾ ਜਾਕਰਦਾ ਹੈ ਜੋ ਮੁਕਸ਼ਮੂਰ ਸਰਕਾਰ ਨੇ 154 ਮੈਡੀਕਲ ਪੇਸ਼ੇਵਰ ਲਈ ਆਗਰਹਿ ਕੀਤਾ ਹੈ। ਕੇਂਦਰ ਦੇ ਸਰਕਾਰੀ ਹਸਪਤਾਲਿੰਦੇ CGHS ਥਮਾ 115 ਡਾਕਟਰ ਤੇ ਕਾਰਟ ਨਾਮ ਡਾਕਟਰ ਅਮਲਾ ਸਿਲੋਏ ਜੋ ਮੁਕਸ਼ਮੂਰ ਪ੍ਰਸ਼ਾਸਨ ਨੇ 11 ਰਾਜਯੰਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿੰਦੇ ਚ ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ ਤੇ ਉੱਤਰ ਪ੍ਰਦੇਸ਼ ਸ਼ਾਮਿਲਨ ਥਮਾ 400 ਸੈਂਟੀ ਮੈਡੀਕਲ ਕਰਮੀਆਂ ਦੀ ਭੇਜਣੇ ਦਾ ਆਗਰਹਿ ਕੀਤਾ ਹੈ। ਪੰਜਾਬ ਪੰਜਾਬੀ ਸਿਹਤ ਦੀ ਸਮਰਥਾ ਲਈ ਦੋ ਹਸਪਤਾਲ ਬਾਲਤਲ ਤੇ ਚੰਦਨਵਾੜੀ ਥਾਰ DRDO ने शेर शेरबीबी बनिहाल कष पेश आये आज से हादस्य यात्रा इन सारे लोग छत्तीसगढ़ हे घायलियों के दसें बरे का जागत भी शामिल है मुख्य सचिव डॉ अरूण कुमार मेहता हो जोर दिये आख्या अमृत सरोवर का कम शुदा समय अंदर मुकम्मल करने पुट्टी जान श्रीनगर अमृत सरोवर ਗਠਿਤ ਕੀਤੀ ਕੇ ਦੀ ਕੇਂਦਰ ਸ਼ਾਤ ਸਥਿਤ ਸਤਾਦੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਤਾ ਕਰਦੇ ਹੋਏ ਡਾਕਟਰ ਅਰຸນ ਕੁਮਾਰ ਮਹਿਤੌਰੇ ਅਭਸਰੰਗਿਆ ਕੇ ਜੇ ਮਿਸ਼ਨ ਤਹਿਤ ਕੰਮ ਮੇ ਕਰਦੇ ਹੋਈ 1500 ਅਮਰਿਤਸਰੋਵਰੇ ਦੀ ਧਾਰ ਦੀ ਸ਼ਨਾਖਤ ਕਰੀਏ ਤੌਲੇ ਸ਼ਤੌਲੇ ਇਹਦੇ ਉੱਪਰ ਕੰਮ ਸ਼ੁਰੂ ਕੀਤਾ ਜਾ ਉਹਨੇ ਆਖਿਆ ਜੇ ਮੌਸਮ ਦੀ ਕੇ ਨੇਚਰ ਖਦੇ ਹੋਈ ਪ੍ਰਯੋਜਨਾ ਕੀ ਤੋੜ ਚੜਾ ਜਾਣਾ ਲੋਟਦਾ ਡਾਕਟਰ ਮਹਿਤੌਰੇ ਨੇ ਕੰਮ ਵਿੱਚ ਮਕਾਮੀ ਲੋਕਾਂ ਦੇ ਸਹਿਯੋਗ ਦੀ ਜ਼ਰੂਰਤਾ ਪਰ ਵੀ ਬਲ ਦਿੱਤਾ ਉਹਨੇ ਆਖਿਆ ਜੇ ਇਸ ਪ੍ਰਯੋਜਨਾ ਚ ਸਭ ਨੇ ਦਾ ਸਹਿਯੋਗ ਬੜਾ ਲਾਜ਼ਮੀ ਹੈ ਇਸ ਦਾ ਉਦੇਸ਼ ਦੇਸ਼ੇ ਚ ਅਰ ਇੱਕ ਜ਼ਿਲ੍ਹੇ ਤੇ 75 ਜਲ ਸਰੋਤਾਂ ਕਟੂਆ ਦੇ ਡਿਪਟੀ ਕਮਿਸ਼ਨਰ ਰਾਹੁਲ ਪਾਂਡੇ ਹੋਰੇ ਕੱਲ ਇੱਕ ਬੈਠਕ ਲਈ ਹੈ ਗ੍ਰਾਮੀਣ ਵਿਕਾਸ ਸਰਬੰਧੀ ਸਕੀਮਾਂ ਤੇ ਤਾਸਲ ਉਪਲਬਧੀਆਂ ਦੀ ਪ੍ਰਗਤੀ ਤੇ ਅਮ ਲਾਵਰੀ ਦਾ ਜਾਇਜ਼ਾ ਲੈਤਾ ਡਿਪਟੀ ਕਮਿਸ਼ਨਰ ਹੋਰੇ ਨੇ ਬਲਾਕ ਸਾਬੇ ਪ੍ਰਗਤੀ ਦਾ ਜਾਇਜ਼ਾ ਲਿਆ ਤੇ ਵਿਕਾਸ ਕੰਮੇ ਸਰਬੰਧੀ ਰਿਪੋਰਟ ਕੀ ਤੌਲੇ ਜਮ੍ਹਾਂ ਕਰਾਉਣੇ ਲਈ ਆਖਿਆ ਉਹਨੇ ਚਲਾ ਕਰਤੇ ਕੰਮੇ ਗੀ ਤੌਲੇ ਜ਼ਬੂਰਾ ਕਰਨੇ ਲਈ ਗਲਾਇਆ ਮਨਰੇਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਬੈਕ ਟੂ ਵਿਲੇਜ ਤਰੇ ਤੇ ਉਰਦੂ ਹੀ ਮਹੱਤਵ ਵਾਲੀ ਫਲੈਗਸ਼ਿਪ ਸਕੀਮਾਂ ਤੇ ਤਾਸਲ ਪ੍ਰਗਤੀ ਤੇ ਠੋਸ ਮੰਨ ਲਈ ਪ੍ਰਗਤੀ ਦਾ ਜਾਇਜ਼ਾ ਲਿਆ इस दौरान जिला कैपैक्स योजना पर भी चर्चा हुई डिप्टी कमीशनर हो ब्लॉक विकास अफसरों पर इस गा जोर पाया जो कम शुरू करने सवे पहले जरूरी मंजूरियां मंजूरिया लैन की समय सर पूरा करने लिए कम कराद एजेंसियों और दुए लोगों की जिम्मेदारी तय करने लिए भी आया उसाधने के बेहतर उचित इस्तेमाल पर जोर पाते विकास की समय सर पूरा करने दे निर्देश दिये डोडा के डिप्टी कमिश्नर विकास शर्मा ते जम्मू कश्मीर हाउसिंग बोर्ड के प्रबंधक निदेशक शाहिद सलीम डार कल जिले च प्रधानमंत्री आवास योजना शहरी की प्रगति ते ओदी अमल आवरी का जायजा लिया बैठक दौरान यह जानकारी दी गई दो हजार छह सौ त्रय घरें मंजूरी दी गई है इस दौरान यह जानकारी भी दी गई स्कीम तहत लाभार्थी दो लख रप तगर दौर जम्मू कश्मीर बैंक बिजन कुसा इंटरस्ते हैं जे आ घर मकानेबंधी बोर्ड के अफसर डोडा च लोक की निर्माण कमें तय समय सर मुकम्मल करने प्रेरित करा करें सरबंधी अफसरें की हिदायत की स्कीमें दिशा निर्देशों की पूरी चाली पालमा कर सबने जायज लाभार्थियों तगर स्कीम की पूछ बनाने लिया क्या। कमें की प्रगति का जायजा लेंद डिप्टी कमिश्नर हो हिदायत कमे की रफ्तार तेजी आन तांजे लक्षित नतीजे समय सिर हासिल ਅਸਗਰ ਹਸਨ ਸਾਮੂਨੋਰੇ ਕੱਲ ਉਨਰ ਵਿਕਾਸ ਮੈਕ ਮੇ ਦੇ ਆਈਆਮ ਜੰਮੂ ਦੇ ਸਾਥ ਸਹਿਯੋਗ ਸਰਬੰਧੀ ਪ੍ਰਗਤੀ ਦਾ ਜਾਇਜ਼ਾ ਲਾਤਾ ਇਹ ਬੈਠਕ ਆਲ ਜਗ੍ਹਾ ਜੰਮੂ ਕਸ਼ਮੀਰ ਉਨਰ ਵਿਕਾਸ ਮੈਕ ਮੇ ਤੇ ਆਈਆਮ ਜੰਮੂ ਵਿਚਕਾਰ ਉਹ ਦੇ ਸਮਝੌਤੇ ਦੀ ਪਛੋਕੜ ਚ ਲੱਗੀ ਆ ਇਹਦਾ ਮਕਸਦ ਜੰਮੂ ਕਸ਼ਮੀਰ ਚ ਉਨਰ ਸਰਬੰਧੀ ਸੈਕਟਰ ਚ ਕ੍ਰਾਂਤੀ ਆਨਣਾ ਹੈ ਬੈਠਕ ਦੌਰਾਨ ਬੋਲਦੇ ਹੋਏ ਪ੍ਰਧਾਨ ਸਚਿਵ ਹੋਰ ਇੰਗਲਾਇਆ ਜੇ ਇਹਦਾ ਇਹਦੇ ਮਗਰਾ ਸਭ ਨੇ ਪ੍ਰਿੰਸੀਪਲ ਪੋਲਟੈਕਨਿਕਸ ਤੇ ਆਈਆਈਟੀ ਦੇ ਸਾਰੇ ਸੁਪਰਡੈਂਟ ਨੇ ਲਈ ਸਮਰਥ ਨਿਰਮਾਣ ਸਰਬੰਧੀ ਕਾਰਜਕ੍ਰਮ ਅਗਲੇ ਹਫਤੇ ਥਾਵਾਂ ਆਈਐਮ ਜੰਮੂ ਦੇ ਦੋਨੇ ਕੈਂਪਸ 'ਚ ਸ਼ੁਰੂ ਹੋਈ ਜਾਗ ਉਨੇ ਕਿਹਾ ਜੇ ਇਸ ਦੌਰਾਨ ਖਾਸ ਤੌਰਾ ਪਰ ਧਿਆਨ ਸੰਪਰਕ ਟੈਕਨੋਲੋਜੀ ਉਦਮੇਤਾ ਲੈਬ ਤਿਆਰ ਕਰਨੇ ਰੋਬੋਟਿਕਸ ਮਸਨੂਈ ਗਿਆਨ ਤੇ ਹੋਰ ਨੇ ਪਰ ਦਿੱਤਾ ਜਾਗ ਇਸ ਮੌਕੇ ਪਰ ਬੋਲਦੇ ਹੋਈ ਆਈ ਐਮ ਜੰਮੂ ਦੇ ਨਿਰਦੇਸ਼ਕ ਹੋ ਰੇ ਅੰਗਲਾਇਆ ਜੇ ਇਸ ਸਿਖਲਾਈ ਪ੍ਰੋਗਰਾਮ ਦੇ ਰਹਾਂ ਜੰਮੂ ਤੇ ਕਸ਼ਮੀਰ ਦੇ ਉਨਰ ਸੰਬੰਧੀ ادارے ਚ ਉਨਰਾਲੇ ਕਾਰਜਕ੍ਰਮ ਚ ਹੋਰ ਬਾਤਾ ਵਿਸਤਾਰ ਹੋਗ ਤੇ ਉੰਦੇ ਚ ਨਿਖਾਰਾਗ ਮੌਨਸੂਨ ਸਤ੍ਰ ਇਸਮੇ ਨੇ 12 18 ਤਰੀਕਾਂ ਸ਼ੁਰੂਆਤ ਦਾ ਜਿਹੜਾ 12 ਅਗਸਤ ਤੱਕ ਚੱਲਗ ਇਸ ਸਤ੍ਰ ਦੇ ਪਹਿਲੇ ਦਿਨ ਰਾਸ਼ਟਰਪਤੀ ਦਾ ਚੋਣ ਹੋਗ ਤੇ 6 ਅਗਸਤ ਗੀ ਉਪ ਰਾਸ਼ਟਰਪਤੀ ਦੇ ਪਦ ਲਈ ਵੋਟ ਪਏ ਜਾਣਗਣ ਵੋਟ ਦੇ ਗਿੰਤਰੀ ਵਿਧਾਨ ਸਭਾ ਸਤ੍ਰ ਦੌਰਾਨ ਗਏਗ ਨਵੇਂ ਨਿਯੁਕਤ ਹੋਏ ਦੇ ਰਾਸ਼ਟਰਪਤੀ ਇਸ ਮਿਤੀ ਪੰਜੀ ਤਰੀਕ ਦੀ ਵਿਧਾਨ ਸਭਾ ਦੇ ਸੈਂਟਰਲ ਹਾਲ 'ਚ ਆਪਣੇ ਅਹੁਦੇ ਦੀ ਸਗੰਧ ਚੁਗਣ ਇਸੇ ਚਾਲੀ 11 ਅਗਸਤ ਦੀ ਨਵੇਂ ਨਿਯੁਕਤ ਹੋਏ ਦੇ ਉਪ ਰਾਸ਼ਟਰਪਤੀ ਹੋਰ ਆਪਣੇ ਅਹੁਦੇ ਦੀ ਸਗੰਧ ਚੁਗਣ ਨਾ ਡਾਇਰੈਕਟਰ ਸਕੂਲ ਐਜੂਕੇਸ਼ਨ ਜੰਮੂ ਡਾਕਟਰ ਰਵੀ ਸ਼ੰਕਰ ਸ਼ਰਮਾ ਹੋਰੇ ਸਕੂਲਾਂ 'ਚ ਸਮਾਰਟ ਕਲਾਸਰੂਮ ਦੀ ਸਥਾਪਨਾ ਲਈ ਕੀਤੇ ਜਾ ਰਹੇ ਕੰਮੇ ਦੀ ਵਿੱਤੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਬੈਠਕ ਲਈ ਡਾਕਟਰ ਰਵੀ ਸ਼ੰਕਰ ਸ਼ਰਮਾ ਅਤੇ ਸਭ ਨੇ ਸਿੱਖਿਆ ਸੰਸਥਾਨੇ ਦੇ ਐਡੰਗੀ ਗਲਾਇਆ ਜੋ ਕਮੇਗੀ ਤੋਰਚਾਣੇ ਵਾਲੀ ਏਜੰਸੀਆਂ ਕਨੇ ਨੇੜ ਮਾ ਤਾਲਮੇਲ ਬਣਾਈ ਸਕਣ ਤਾਂ ਜੇ ਕੰਮ ਤੈਸ਼ੁਦਾ ਸਮੇਂ ਉਪਰ ਮੁਕੰਮਲ ਕੀਤੇ ਜਾ ਸਕੇ ਤੇ ਪਵਿਕ ਵਿਦਿਆਰਥੀ ਕੀ ਕੁਸਾ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ 스마트 ਕਲਾਸਰੂਮ ਸਰਕਾਰ ਆਸਿਆ ਸਮਾਰਟ ਸਿਟੀ ਪ੍ਰੋਜੈਕਟ ਤਾਤ ਲਤੀਜਾਰਦੀ ਪੈਲ ਕਦਮੀ ਹੈ ਜੇਦਾ ਮਕਸਦ ਸਿੱਖਿਆ ਦੇ ਖੇਤਰ ਚ ਆਧੁਨਿਕ ਤਕਨੀਕੇ ਦਾ ਇਸਤੇਮਾਲ ਕਰਨਾ ਤੇ ਸਿੱਖਿਆ ਦੇ ਖੇਤਰ ਦੀ ਔਰ ਮਤਾ ਵਿਕਸਿਤ ਕਰਨਾ ਜੰਮੂ ਕਸ਼ਮੀਰ ਚ ਪਿਛਲੇ 24 ਕੈਂਟ ਦੇ ਦੌਰਾਨ ਕੋਵਿਡ ਦੇ 83 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ ਜਿੰਦੇਸ਼ਾਨ 49 ਜੰਮੂ ਡਿਵੀਜ਼ਨ ਦੇ ਤੇ 24 ਕਸ਼ਮੀਰ ਡਿਵੀਜ਼ਨ ਦੇ ਮਾਮਲੇ ਨੇ ਇਨਨੇ ਨਵੇਂ ਮਾਮਲੇ ਕੀ ਮਿਲਾਈ ਹੈ ਜੰਮੂ ਕਸ਼ਮੀਰ ਚ ਕੋਵਿਡ ਦੇ ਸਕ੍ਰੀਆ ਮਾਮਲੇ ਦੀ ਗਿਣਤੀ 4,55,099 ਤੱਕ ਪਹੁੰਚ ਗਈ ਦੀ ਹੈ ਜਿੰਦੇਸ਼ਾਨ 493 ਸਕ੍ਰੀਆ ਪੋਜ਼ਿਟਿਵ ਮਾਮਲੇ ਨੇ ਤੇ 4,59,840 ਲੋਕ ਇਸ ਲਾਗੇ ਸ਼ਾਬਲ ਵੀ ਹੋ ਚੁੱਕੇ ਨੇ ਤੋਂ ਅਏ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 18809 ਮਾਮਲੇ ਦिखा ਬਰਾ ਹੈ ਇਸੇ ਅਵਧੀ ਦੌਰਾਨ 36 ਲੋਕਾਂ ਦੀ ਮੌਤ ਦੀ ਵੀ ਖਬਰ ਹੈ ਰਾਸ਼ਟਰੀ ਸਿਹਤ ਮਿਸ਼ਨ ਜੰਮੂ ਕਸ਼ਮੀਰ ਆਸਿਆ ਕਲ ਜ਼ਿਲ੍ਹਾ ਸਤਰੀਏ ਸਿਖਲਾਈ ਪ੍ਰੋਗਰਾਮ ਦਾ ਸਿਰਸਤਾ ਕੀਤਾ ਗਿਆ ਜਜਦੇ ਚ ਸਟਾਫ ਨਰਸਾਂ ਤੇ ਸਿਹਤ ਸੁਵਿਧਾ ਪ੍ਰਜਾਨੇ ਆਲेंगी ਸਿਖਲਾਈ ਦਿੱਤੀ ਗਈ ਤਾਂ ਜੋ ਸਿਹਤ ਕੇਂਦਰ ਦੇ ਸਤਰ ਚ ਹੋਰ ਮਤਾਬਾ ਦਾ ਕੀਤਾ ਜਾ ਸਕੇ ਇਸ ਪ੍ਰੋਗਰਾਮ ਦਾ ਉਦਘਾਟਨ ਰਾਸ਼ਟਰੀ ਸਿਹਤ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਯਾਸੀਨ ਐਮ ਚੌਧਰੀ ਉਰੇ ਕੀਤਾ ਇਹ ਸਿਖਲਾਈ ਪ੍ਰੋਗਰਾਮ 3 ਜੂਨ ਤੋਂ 2 ਜੁਲਾਈ ਤੱਕ ਚੱਲੇਗਾ ਇਹਦਾ ਆਯੋਜਨ ਸਵਾਸਥ ਤੇ ਪਰਿਵਾਰ ਕਲਿਆਣ ਕੇਂਦਰ ਤੇ ਖੇਤਰੀ ਸੰਸਥਾਨ RIHFW ਦੋਬੀਾਨ ਸ਼ਿਰਨਗਰ ਚ ਕੀਤਾ ਗਿਆ ਅਖੀਰ ਚ ਖਾਸ ਖਾਸ ਖਬਰਾਂ ਕੋ ਬੜੀ ਪੜਤੀ ਹੈ 43 ਦਿਨ ਤੱਕ ਚੱਲਣ ਵਾਲੀ ਸ਼ਰਮਨਾਥ ਜੀ ਦੀ ਯਾਤਰਾ ਸ਼ੁਰੂ ਹੋਪਰਾਜਪਾਲੋਰੇ ਬਾਬਾ ਬਰਫਾਨੀ ਦੀ ਪੂਜਾ ਅਰਚਨਾ ਕੀਤੀ ਤੇ ਸਭ ਨੇ ਦੀ ਖੁਸ਼ਹਾਲੀ ਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਮੁੱਖ ਸਚਿਵ ਡਾਕਟਰ ਅਰਣ ਕੁਮਾਰ ਮਹਿਤਾਵਰੇ 1500 ਅੰਮ੍ਰਿਤਸਰ ਰੋਵਰਤਾਏ ਸਮੇਂ ਸੇ ਪੂਰਾ ਕਰਨੇ ਪਰ ਜ਼ੋਰ ਪਾਇਆ ਮੁਕਾਮੀ ਲੋਕਾਂ ਕੇ ਪੰਚਾਇਤੀ ਰਾਜਦਾਰਾਂ ਕੀ ਕਮੇਟ ਸ਼ਾਮਿਲ ਕਰਨੇ ਲਈ ਆਖਿਆ ਉਨਰ ਵਿਕਾਸ ਸੈਕਮੇ ਦੇ ਪ੍ਰਧਾਨ ਸਚਿਵ ਅਸਕਰ ਹਸਨ ਸਮਨੋਰੇ ਉਨਰ ਵਿਕਾਸ ਸੈਕਮੇ ਤੇ ਆਈਐਮ ਜੰਮੂ ਬੁਸ਼ਕਾਰ ਜੰਮੂ ਕਸ਼ਮੀਰ ਦੇ ਉਨਰ ਈਦਾਰੇ ਦੇ ਵਿਕਾਸ ਲਈ ਉਹਦੇ ਸਾਥ ਸਹਿਯੋਗ ਦੀ ਪ੍ਰਗਤੀ ਦਾ ਜੈ ਸਲਤਾ ਤੇ